ਸਟਾਰਟ ਉਪਰੋਕਤ ਵਿਸ਼ੇ 'ਤੇ ਆਪ ਨੂੰ ਸੰਬੋਧਿਤ ਕਰਦੇ ਹੋਏ ਮੈਨੂੰ ਇਹ ਲਿਖਣ ਦੀ ਆਗਿਆ ਹੋਈ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਕਰਮਚਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਬਾਰੇ ਮੁੱਖ ਨੀਤੀ ਨਿਯਮਨ ਅਨੁਸਾਰ ਅਪਣਾਉਣ ਦਾ ਫੈਸਲਾ ਕੀਤਾ ਹੈ। ਡੈਂਡਿੰਗ ਸਮੂਹ ਮੁੱਖ ਬਦਲੀਆਂ 15 ਅਪ੍ਰੈਲ ਤੋਂ 5 ਮਈ ਦੇ ਸਮੇਂ ਦੇ ਅੰਦਰ ਕੀਤੀਆਂ ਜਾਣਗੀਆਂ। ਡੰਡਿੰਗ ਸਰਕਾਰੀ ਕਰਮਚਾਰੀਆਂ ਨੂੰ ਇੱਕ ਅਸਾਮੀ 'ਤੇ ਆਮ ਤੌਰ 'ਤੇ ਘੱਟੋ ਘੱਟ 3 ਸਾਲ ਲਈ ਟਿਕੇ ਰਹਿਣਾ ਚਾਹੀਦਾ ਹੈ। ਡੰਡਿੰਗ 3 ਸਾਲ ਦੇ ਇਸ ਘੱਟੋ ਘੱਟ ਸਮੇਂ ਤੋਂ ਪਹਿਲਾਂ ਬਦਲੀਆਂ ਕੇਵਲ ਮਜਬੂਰੀ ਦੀ ਹਾਲਤ ਵਿੱਚ ਜਾਂ ਸੰਬੰਧਿਤ ਸੇਵਾਵਾਂ ਦੇ ਹਿੱਤਾਂ ਵਿੱਚ ਹੀ ਹੋ ਸਕਦੀਆਂ ਹਨ। ਡੰਡਿੰਗ ਆਮ ਕਰਕੇ ਕਿਸੇ ਇੱਕ ਅਸਾਮੀ 'ਤੇ ਤੈਨਾਤੀ ਦਾ ਵੱਧ ਤੋਂ ਵੱਧ ਸਮਾਂ 5 ਸਾਲ ਹੋਵੇਗਾ। ਡੰਡਿੰਗ ਪਰ ਵੱਧ ਤੋਂ ਵੱਧ ਸਮੇਂ ਦੀ ਇਹ ਸ਼ਰਤ ਉਹਨਾਂ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਵੇਗੀ ਜਿਹੜੇ ਸਕੂਲਾਂ ਕਾਲਜਾਂ ਅਤੇ ਪ੍ਰਯੋਗਸ਼ਾਲਾਵਾਂ ਵਿੱਚ ਕੰਮ ਕਰ ਰਹੇ ਹਨ। ਡੰਡਿੰਗ ਜੇਕਰ ਕਿਸੇ ਅਫਸਰ ਨੇ ਕਿਸੇ ਖਾਸ ਸਟੇਸ਼ਨ 'ਤੇ ਕਿਸੇ ਇੱਕ ਜਾਂ ਦੂਜੇ ਹੈਸੀਅਤ ਵਿੱਚ ਕੁੱਲ ਮਿਲਾ ਕੇ 10 ਸਾਲ ਦਾ ਸਮਾਂ ਪੂਰਾ ਕਰ ਲਿਆ ਹੋਵੇ ਤਾਂ ਉਸ ਨੂੰ ਉਸਦੀ ਸੇਵਾ ਦੇ ਬਾਕੀ ਰਹਿੰਦੇ ਸਮੇਂ ਵਿੱਚ ਮੁੜ ਉਸ ਸਟੇਸ਼ਨ 'ਤੇ ਨਿਯੁਕਤ ਨਹੀਂ ਕੀਤਾ ਜਾਣਾ ਚਾਹੀਦਾ। ਡੰਡਿੰਗ ਗਾਈਡਡ ਅਫਸਰਾਂ ਨੂੰ ਉਹਨਾਂ ਦੇ ਆਪਣੇ ਹੋਮ ਡਿਸਟ੍ਰਿਕਟ ਵਿੱਚ ਜਾਂ ਉਹਨਾਂ ਜ਼ਿਲ੍ਹਿਆਂ ਵਿੱਚ ਨਹੀਂ ਲਗਾਇਆ ਜਾਵੇਗਾ ਜਿਨ੍ਹਾਂ ਵਿੱਚ ਉਹਨਾਂ ਦੇ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਦੀ ਅਚਲ ਸੰਪੱਤੀ ਹੋਵੇ। ਡੰਡਿੰਗ ਇਸੇ ਤਰ੍ਹਾਂ ਹੀ ਉਹਨਾਂ ਨੂੰ ਆਪਣੇ ਜੱਦੀ ਪਿੰਡ ਜਾਂ ਸ਼ਹਿਰ ਦੇ 25 ਮੀਲ ਦੇ ਅੰਦਰ ਪੈਂਦੀਆਂ ਥਾਵਾਂ 'ਤੇ ਵੀ ਤੈਨਾਤ ਨਹੀਂ ਕੀਤਾ ਜਾਵੇਗਾ। ਡੰਡਿੰਗ ਇਹ ਬੰਦਿਸ਼ ਸਕੱਤਰੇਤ ਵਿਭਾਗਾਂ ਦੇ ਮੁਖੀਆਂ ਦੇ ਦਫ਼ਤਰਾਂ ਅਤੇ ਪ੍ਰਦੇਸ਼ਕ ਦਫ਼ਤਰਾਂ ਵਿੱਚ ਵਿਭਿੰਨ ਅਸਾਮੀਆਂ 'ਤੇ ਤੈਨਾਤ ਅਧਿਕਾਰੀਆਂ ਉੱਤੇ ਲਾਗੂ ਨਹੀਂ ਹੋਵੇਗੀ। ਡੰਡਿੰਗ ਇਸੇ ਤਰ੍ਹਾਂ ਹੀ ਸਿੱਖਿਆ ਵਿਭਾਗ ਵਿੱਚ ਤੈਨਾਤ ਪ੍ਰੋਫੈਸਰ ਅਤੇ ਲੈਕਚਰਾਰ ਪਛੜੇ ਇਲਾਕਿਆਂ ਵਿੱਚ ਕੰਮ ਕਰ ਰਹੇ ਡਾਕਟਰ ਅਤੇ ਰਾਜ ਦੇ ਮੈਡੀਕਲ ਕਾਲਜਾਂ ਵਿੱਚ ਤੈਨਾਤ ਕੀਤੇ ਡਾਕਟਰ ਵੀ ਇਸ ਬੰਦਿਸ਼ ਦੇ ਘੇਰੇ ਤੋਂ ਮੁਕਤ ਹੋਣਗੇ। ਡੰਡਿੰਗ ਜਦੋਂ ਪਤੀ ਅਤੇ ਪਤਨੀ ਦੋਵੇਂ ਸਰਕਾਰੀ ਸੇਵਾ ਵਿੱਚ ਹੋਣ ਤਾਂ ਇਹ ਉਪਰਾਲਾ ਕਰਨਾ ਹੈ ਕਿ ਉਹਨਾਂ ਨੂੰ ਸੰਭਵਤਾ ਇੱਕੋ ਸਟੇਸ਼ਨ 'ਤੇ ਲਗਾਇਆ ਜਾਵੇ। ਡੰਡਿੰਗ ਜਿਨ੍ਹਾਂ ਕੇਸਾਂ ਵਿੱਚ ਪਤਨੀ ਸਰਕਾਰੀ ਨੌਕਰੀ ਵਿੱਚ ਹੋਵੇ ਅਤੇ ਪਤੀ ਕਿਸੇ ਪ੍ਰਾਈਵੇਟ ਨੌਕਰੀ ਵਿੱਚ ਹੋਵੇ ਉਹਨਾਂ ਕੇਸਾਂ ਵਿੱਚ ਵੀ ਉਚਿਤ ਹੋਵੇਗਾ ਕਿ ਪਤਨੀ ਨੂੰ ਉਸੇ ਜਾਂ ਉਸ ਦੇ ਨੇੜੇ ਦੇ ਸਟੇਸ਼ਨ 'ਤੇ ਲਗਾਇਆ ਜਾਵੇ। ਡੰਡਿੰਗ ਅਣਵਿਆਹੀਆਂ ਕੁੜੀਆਂ ਅਤੇ ਵਿਧਵਾਵਾਂ ਨੂੰ ਅਜਿਹੇ ਸਟੇਸ਼ਨਾਂ 'ਤੇ ਲਗਾਉਣ ਦੀ ਕੋਸ਼ਿਸ਼ ਕਰਨੀ ਹੈ ਜਿਹੜਾ ਕਿ ਉਹਨਾਂ ਲਈ ਸੰਭਵਤਾ ਯੋਗ ਹੋਵੇ। ਡੰਡਿੰਗ ਆਮ ਤੌਰ 'ਤੇ ਪਿਤਾ ਅਤੇ ਪੁੱਤਰ ਨੂੰ ਜਾਂ ਇਸੇ ਤਰ੍ਹਾਂ ਦੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਇੱਕੋ ਦਫ਼ਤਰ ਵਿੱਚ ਨਿਯੁਕਤ ਨਹੀਂ ਕੀਤਾ ਜਾਣਾ ਚਾਹੀਦਾ। ਡੰਡਿੰਗ ਅੰਗਹੀਨ ਅਤੇ ਨੇਤਰਹੀਣ ਕਰਮਚਾਰੀਆਂ ਦੀਆਂ ਤੈਨਾਤੀਆਂ ਅਤੇ ਬਦਲੀਆਂ ਨੂੰ ਵਿਚਾਰਦੇ ਸਮੇਂ ਜਿੱਥੋਂ ਤੱਕ ਸੰਭਵ ਹੋਵੇ ਉਹਨਾਂ ਦੀ ਅਖਿਆਈ ਨੂੰ ਘੱਟ ਕਰਨ ਦਾ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ। ਡੰਡਿੰਗ ਆਮ ਤੌਰ 'ਤੇ ਮੱਧਕਾਲੀਨ ਬਦਲੀਆਂ 'ਤੇ ਪੂਰਨ ਤੌਰ 'ਤੇ ਮਨਾਹੀ ਹੋਵੇਗੀ। ਡੰਡਿੰਗ ਪਰ ਮੁਅੱਤਲੀ, ਅਸਤੀਫਾ, ਰਿਟਾਇਰਮੈਂਟ, ਡਿਸਮਿਜ਼ਲ, ਡੈਪੂਟੇਸ਼ਨ, ਟ੍ਰੇਨਿੰਗ ਜਾਂ ਤਰੱਕੀਆਂ ਆਦਿ ਕਾਰਨਾਂ ਕਰਕੇ ਖਾਲੀ ਹੋਈਆਂ ਅਸਾਮੀਆਂ ਨੂੰ ਭਰਨ ਲਈ ਜਾਂ ਆਮ ਬਦਲੀਆਂ ਤੋਂ ਤੁਰੰਤ ਬਾਅਦ ਹੋਂਦ ਵਿੱਚ ਆਏ ਕਿਸੇ ਅਸਾਮੀ ਨੂੰ ਭਰਨ ਲਈ ਕੀਤੀਆਂ ਜਾਣ ਵਾਲੀਆਂ ਬਦਲੀਆਂ ਜਾਂ ਤੈਨਾਤੀਆਂ ਮੱਧਕਾਲੀਨ ਬਦਲੀਆਂ ਨਹੀਂ ਮੰਨੀਆਂ ਜਾਣਗੀਆਂ। ਡੰਡਿੰਗ ਉਪਰੋਕਤ ਕੋਸ਼ਿਸ਼ ਵਿੱਚ ਕੀਤੇ ਬਦਲੇ ਕਾਰਨ ਕਿਸੇ ਹੋਰ ਕਰਮਚਾਰੀ ਦੇ ਬਦਲੇ ਨਹੀਂ ਹੋਣੀ ਚਾਹੀਦੇ। ਡੰਡਿੰਗ ਕਿਸੇ ਹੋਰ ਕੇਸ ਵਿੱਚ ਜੇਕਰ ਕੋਈ ਵਿਭਾਗ ਮੱਧਕਾਲੀਨ ਬਦਲੀ ਨੂੰ ਅਟਲ ਸਮਝਦਾ ਹੈ ਤਾਂ ਮੁੱਖ ਸਕੱਤਰ ਪਰਸੋਨਲ ਅਤੇ ਪ੍ਰਬੰਧਕੀ ਸੁਧਾਰ ਵਿਭਾਗ ਪਰਸੋਨਲ ਪਾਲਿਸੀਜ਼
ਸ਼ਾਖਾ ਰਾਹੀਂ ਮੁੱਖ ਮੰਤਰੀ ਜੀ ਤੋਂ ਪਹਿਲਾਂ ਪ੍ਰਵਾਨਗੀ ਲੈਣੀ ਜ਼ਰੂਰੀ ਹੋਵੇਗੀ। ਡੰਡਿੰਗ ਇਸ ਸੰਬੰਧ ਵਿੱਚ ਪੂਰੀ ਇਤਿਆਤ ਵਰਤੀ ਜਾਵੇ। ਡੰਡਿੰਗ ਇਹ ਹਦਾਇਤਾਂ ਸਰਕਾਰ ਵੱਲੋਂ ਇਸ ਸੰਬੰਧ ਵਿੱਚ ਜਾਰੀ ਕੀਤੀਆਂ ਪਿਛਲੀਆਂ ਸਾਰੀਆਂ ਹਦਾਇਤਾਂ ਦਾ ਉਲੰਘਣ ਕਰਦੀਆਂ ਹਨ। ਡੰਡਿੰਗ ਇਹ ਹਦਾਇਤਾਂ ਇਨ ਬਿਨ ਪਾਲਣਾ ਹਿੱਤ ਆਪਣੇ ਕੰਟਰੋਲ ਅਧੀਨ ਸਮੂਹ ਸੰਬੰਧਿਤ ਹਲਕਿਆਂ ਦੇ ਧਿਆਨ ਵਿੱਚ ਲਿਆਂਦੀਆਂ ਜਾਣ। ਡੰਡਿੰਗ ਇਸ ਪੱਤਰ ਦੀ ਪਹੁੰਚ ਰਸੀਦ ਭੇਜੀ ਜਾਵੇ। ਡੰਡਿੰਗ